ਸਭ ਤੋਂ ਪਹਿਲਾਂ ਮੌਲਾ ਦਾ ਸਦਕਾ ਤਕਸੀਮ ਹੋ ਗਿਆ ਅਤੇ ਦੂਜੀ ਗੁਜ਼ਾਰਿਸ਼ ਹੈ ਕਿ ਇਹ ਖਵਾਜਾ ਮੋਹਸਨ ਸਾਹਿਬ ਦੀ ਬੜੀ ਜ਼ਿਆਦਾ ਪਿਆਰੀ ਮਿਹਨਤ ਅਤੇ ਪੂਰਾ ਸਾਲ ਉਹ ਹੱਥ ਜੋੜ ਕੇ ਬੰਦਿਆਂ ਦੀਆਂ ਮਿੰਨਤਾਂ ਕਰਦਾ, ਮਾਲਕ ਉਹਦੇ ਰਿਜ਼ਕ 'ਚ ਇਜ਼ਾਫਾ ਫਰਮਾਏ, ਵੱਡੀ ਸਾਰੀ ਹਵੇਲੀ ਦੇਵੇ ਉਸ ਜਿਹਦੇ ਵੀ ਸੋਹਣਾ ਸਾਈਆਂ ਦਾ ਜ਼ਿਕਰ ਹੋਵੇ, ਖਵਾਜਾ ਮੋਹਸਨ ਦੇ ਰਿਸ਼ਤੇਦਾਰ, ਬਾਕੀ ਜਿਤਨੇ ਖਵਾਜਗਾਨ ਪਿੰਡ ਦਾਦਨ ਖਾਨ, ਖਵਾਜਾ ਨਾਸਰ, ਗੁਲਜ਼ਾਰ, ਜਮੀਲ, ਖਵਾਜਾ ਜ਼ੁਲਫਕਾਰ, ਖਵਾਜਾ ਇਜਾਜ਼, ਖਵਾਜਾ ਮੁਮਤਾਜ਼, ਜਿਤਨੇ ਵੀ ਖਵਾਜਗਾਨ ਪਿੰਡ ਦਾਦਨ ਖਾਨ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਬੁਲੰਦੀ ਦਰਜਾਤ ਵਾਸਤੇ ਅਤੇ ਆਪਣੇ ਆਪਣੇ ਮਰਹੂਮੀਨ ਦੀ ਬੁਲੰਦੀ ਦਰਜਾਤ ਵਾਸਤੇ ਇੱਕ ਦਫ਼ਾ ਸੂਰਤ ਫਾਤਿਹਾ, ਤਿੰਨ ਦਫ਼ਾ ਸੂਰਤ ਤੋਂ ਹੀ ਤਲਾਵਤ ਕਰ ਦਿਓ। ਬਿਸਮਿਲ੍ਲਾਹ ਰਹਿਮਾਨ ਰਹੀਮ, ਕੁਲ ਵੱਲਾਹ ਅੱਲਾਹ ਸੁਬਾਨ ਜਲੀਲ ਬਲਾਮ ਜੁਲਾਲ ਲਮ ਯਕੁਲਲਾਹੁ ਕੁਫੁਵਾਨ ਅਹਦ। ਮੈਂ ਖਵਾਜਾ ਮੋਹਸਨ ਸਾਹਿਬ ਦੀ ਤਰਫੋਂ ਔਰ ਸਾਡੇ ਅਜ਼ਾਦਾਰੀ ਕੌਂਸਲ ਦੇ ਸਰਬਰਾਹ ਖਵਾਜਾ ਸ਼ਕੀਲ ਸਾਹਿਬ ਔਰ ਉਹਨਾਂ ਦੇ ਭਾਈਆਂ ਦੀ ਤਰਫੋਂ ਤਮਾਮ ਅਜ਼ਾਦਾਰਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਮੌਲਾ ਨੂੰ ਪੁਰਸਾ ਦੇਣ ਆਏ ਔਰ ਇਨਾਨ ਵੀ ਉਹਦਾ ਸਵਾਬ ਮਿਲੇਗਾ, ਤੁਹਾਨੂੰ ਵੀ ਹਰ ਕਦਮ 'ਤੇ ਸਵਾਬ ਮਿਲੇਗਾ। ਮਾਲਕ ਖਵਾਜਗਾਨ ਦੇ ਰਿਜ਼ਕ ਬਖਤ ਵਿੱਚ ਮਜ਼ੀਦ ਇਜ਼ਾਫਾ ਫਰਮਾਏ। ਜ਼ਾਕਰ ਸਾਹਿਬ ਨੂੰ ਬੜੀ ਜਲਦੀ ਹੈ, ਮਰਕਜ਼ੀ ਇਮਾਮ ਬਾਰਗਾਹ ਦਾ ਐਲਾਨ ਸੁਣ ਲਓ ਕਿ ਮਰਕਜ਼ੀ ਇਮਾਮ ਬਾਰਗਾਹ ਰੋਜ਼ਾਨਾ ਇਨਸ਼ਾਅੱਲਾ 2 ਵਜੇ ਜ਼ਾਕਰ ਲਬੈਸ ਸੈਯਦ ਗੁਲਾਮ ਬਾਦਸ਼ਾਹ ਸਾਹਿਬ ਆਪ ਸ਼ਾਦੀਵਾਲ, ਉਹਨਾਂ ਤੋਂ ਬਾਅਦ ਕਿਬਲਾ ਅਸਦ ਅਬਾਸ ਅਲ ਅਰਬੀ ਕਰਾਚੀ ਤੋਂ ਤਸ਼ਰੀਫ ਲਿਆ ਰਹੇ ਅਤੇ ਆਖਰ 'ਤੇ ਜ਼ਾਕਰ ਲਬੈਸ ਸੈਯਦ ਇਮਦਾਦ ਹੁਸੈਨ ਸ਼ਰਾਜ਼ੀ ਆਪ ਹਥਰਾ ਮਰਕਜ਼ੀ ਇਮਾਮ ਬਾਰਗਾਹ ਜ਼ਿਕਰੇ ਮੁਹੰਮਦ ਵਾਲ ਬੈਤ ਮੁਹੰਮਦ ਬਿਆਨ ਫਰਮਾਣਗੇ। ਬਿਲਖਸੂਸ ਸਾਦਾਤ ਦਾ ਸ਼ੁਕਰੀਆ ਪੀਰ ਸੈਯਦ ਅਸਨਾਦ ਸ਼ਾਹ ਸਾਹਿਬ, ਪੀਰ ਸੈਯਦ ਤੋਕੀਰ ਅਬਾਸ ਕਾਜ਼ਮੀ, ਪੀਰ ਸੈਯਦ ਆਬਦ ਸ਼ਾਹ ਬੁਖਾਰੀ ਸਾਹਿਬ ਤਸ਼ਰੀਫ ਲਿਆਏ। ਮਾਲਕ ਅਲਮਦਾਰੇ ਕਰਬਲਾ ਨੂੰ ਮਜ਼ੀਦ ਤਰੱਕੀਆਂ ਅਦਾ ਫਰਮਾਏ। ਅਬ ਆਪਕੇ ਸਾਹਮਣੇ ਜ਼ਾਕਰ ਆਲ ਬੈਤ ਕਲੀਮ ਜਾਫਰ ਆਪ ਜੁਰਾਨਾ ਆਪਣੇ ਮਖਸੂਸ ਅੰਦਾਜ਼ ਮੇਂ ਜ਼ਿਕਰੇ ਮੁਹੰਮਦ ਵਾਲ ਬੈਤ ਮੁਹੰਮਦ ਬਿਆਨ ਫਰਮਾਏਗੇ। ਜ਼ਾਕਰ ਸਾਹਿਬ ਕੀ ਆਮਦ ਕੇ ਲੀਏ, ਆਪਣੀ ਆਪਣੀ ਦੁਆਓ ਕੀ ਕਬੂਲੀਅਤ ਕੇ ਲੀਏ, ਬਾਨੀਆਨ ਕੇ ਰਿਜ਼ਕ ਬਖਤ ਮੇਂ ਇਜ਼ਾਫੇ ਕੇ ਲੀਏ, ਬਾਵਾਜ਼ ਬੁਲੰਦ ਨਾਰਾਏ ਤਕਬੀਰ, ਨਾਰਾਏ ਰਿਸਾਲਤ, ਕੁਲੇ ਇਮਾਨ ਨਾਰਾ ਹੈਦਰੀ। ਸਲਵਾਤ ਉੱਚੀ ਆਵਾਜ਼ ਮਾਰ ਇਬਾਦਤ ਦੀ ਕਬੂਲੀਅਤ ਵਾਸਤੇ ਵੀ ਸਲਵਾਤ ਉੱਚੀ ਆਵਾਜ਼ ਮਾਰ। ਅੱਲਾ ਹੈ ਮਾਲਿਕ, ਅੱਲਾ ਬਾਨੀ ਆਜ਼ਾਦ ਦੀ ਸਫਿਆ ਦਾ ਕਬੂਲ ਫਰਮਾਵੇ, ਹੁਸੈਨ ਅਲੈਹਿਸ ਸਲਾਮ ਦੇ ਮਾਤਮੀਆਂ ਦੀ ਮਾਲਿਕ ਜ਼ਿੰਦਗੀ ਦਰਾਜ਼ ਫਰਮਾਵੇ, ਅਜ਼ਾਦਾਰਾਂ ਦੇ ਵਿਹੜੇ ਵਸਦੇ ਰਹਿਣ, ਸਾਦਾਤ ਦੇ ਵਿਹੜੇ ਆਬਾਦੋ ਸ਼ਾਦ ਰਹਿਣ। ਸਲਵਾਤ ਇੱਕੋ ਪੜ੍ਹੋ, ਐਸੀ ਪੜ੍ਹੋ, ਦੁਆਵਾਂ ਕਬੂਲ ਹੋ ਜਾਵੇ। ਅੱਲਾ الشيطان الرجيم بسم الله الرحمن الرحيم للمتقين وجنة للمؤمنين أوجي صلوات اللهم صل على محمد وعلى محمد الصلاة والسلام على حسين ਯਕੀਨ ਤੁਹਾਡਾ ਖਲੂਸ ਹੈ, ਚੂੰਕਿ ਬਾਬੁਲ ਹਵਾਈ ਦਾ ਝੂਲਾ ਹੁੰਦਾ ਔਰ ਜ਼ਿਆਰਤ ਸਾਰਿਆਂ ਕੀਤੀ ਹੈ,
ਫਿਰ ਹਕੀਮ ਜੀ ਬਣਦਾ ਹੈ ਮਾਲਕ ਦੀਆਂ ਜ਼ਿਆਰਤਾਂ। ਪਹਿਲਾਂ ਜੁਮਲਾ ਹੀ ਮੈਂ ਅਗਰ ਸਮਝਾ ਲਿਆ, ਲੰਬਾ ਪੜਨ ਦਾ ਵਕਤ ਹੀ ਨਹੀਂ। ਇੱਕ ਮਕਾਮ 'ਤੇ ਹੋਰ ਵੀ ਡਿਊਟੀ ਹੈ, ਸਾਦਾਤ ਮੈਂਬਰ ਤਾਂ ਬੈਠੇ ਨੇ। ਬਾਬਾ ਸਨਾਤ ਸ਼ਾਹ ਜੀ, ਇਹ ਜਿਹੜਾ ਝੂਲਾ ਤੁਸੀਂ ਵੇਖਿਆ ਹੈ ਨਾ, ਕਾਇਨਾਤ 'ਚ ਪਹਿਲਾ ਝੂਲੇ ਜਿਸ ਝੂਲੇ 'ਚ ਕਬਰ ਹੈ। ਨਹੀਂ ਸਮਝ ਆਈ ਮੈਂ ਕੀ ਬੋਲਿਆ? ਕੋਈ ਝੂਲਾ ਨਹੀਂ ਵੇਖਿਆ ਜਿਸ ਝੂਲੇ 'ਚ ਕਬਰ ਗੱਲ ਸੁਣ ਲੈਣਾ। 10 ਮੁਹਰਮ ਤੱਕ ਵੀ ਇਸ ਜੁਮਲੇ ਤੇ ਤੇਰੀ ਆਏ ਨਾ ਨਿਕਲੇ, ਮਲਕਾ ਸ਼ਾਮ ਦੀ ਦਹਲੀਜ਼ ਤੇ ਸਜਦਾ ਕੀਤਾ ਹੀ ਨਹੀਂ। ਸ਼ਰਤ ਵਜੋ ਏ, ਜਵਾਨ ਦਾ ਰੋਣਾ ਹੁੰਦਾ ਔਖਾ, ਅਗਰ ਰੋ ਪਵੇ ਤੇ 40 ਸਾਲ ਰਾਤ ਰੋਂਦੇ। ਬਾ ਜੀ, ਜਿਹੜਾ ਜ਼ਜਰ ਬਿਨ ਕੈਸ ਹੈ, ਬੜਾ ਬਦਸੂਰਤ ਆਈ, ਕੂਫੇ ਦਾ ਵਸਦਾ ਹੈ, ਜ਼ੌਜਾ ਇਸਦੀ ਮੋਮਨ ਹੈ, ਐਡਾ ਬਦਸੂਰਤ ਆਈ ਕੂਫੇ ਦੇ ਬੱਚੇ ਇਸਨੂੰ ਗਲੀ 'ਚ ਵੇਖ ਕੇ ਨਸ ਵੈਂਦੇ ਆ। ਔਰ ਉਹ ਬੇਗੈਰਤ ਜੈਂਦਾ ਮੁਹਰਮ ਹੁਸੈਨ ਦਾ ਝੋਲਾ ਲੁੱਟਿਆ, ਜੰਗ ਤੋਂ ਫਾਰਿਗ ਹੋ ਕੇ ਜਦਣ ਘਰ ਪਹੁੰਚੇ, ਇਸਦੀ ਜ਼ੌਜਾ ਪੁੱਛੇ ਵੇ ਕਿਆ ਦੀ, ਮੈਨੂੰ ਪਤਾ ਹੈ ਤੁਸਾਂ ਮੁਹੰਮਦ ਦਾ ਪੁੱਤਰ ਮਾਰੇ, ਲੇਕਿਨ ਮੈਂ ਆਪਣੀ ਤੇਰੀ ਜ਼ਬਾਨੀ ਮੈਂ ਆਪਣੇ ਸਾਹਮਣੇ ਸੁਣਨਾ ਚਾਹੁੰਦੀ ਆ, ਕਿਵੇਂ ਮਾਰੇ ਹੁਸੈਨ ਨੂੰ, ਭਾਵੇਂ ਦੁਸ਼ਮਣ ਯਾਦ ਹੈ ਤੇਰੇ ਸਰਦਾਰ ਦਾ ਇੱਕ ਪੁੱਤਰ ਆਈ ਜਿਹਦਾ ਨਾਮ ਅਲੀ ਅਕਬਰ ਆਈ, ਆਦੇ ਬੜਾ ਸੋਹਣਾ ਆਈ ਵੇਖਿਆ ਦੀਏ ਅਕਬਰ ਨੂੰ ਤੂੰ ਮਾਰਿਆ, ਆਦੇ ਮੈਂ ਨਹੀਂ ਮਾਰਿਆ ਹਸੀਨ ਬਿਨ ਅਮੀਰ ਮਾਰਿਆ। ਬੜੇ ਹੌਸਲੇ ਨਾਲ ਗੱਲ ਮੈਂ ਐਡੀ ਕਰਨ ਲੱਗਾ, ਤੇਰੀ ਯਕੀਨ ਮੁਸੱਲੇ ਤੇ ਆਏ ਨਿਕਲੇ, ਮੇਰੇ ਹੱਕ 'ਚ ਦੁਆ ਜ਼ਰੂਰ ਕਰਦੇ ਐਵੇਂ, ਵੇਖਿਆ ਦੀਏ ਕੋਈ ਹੋਰ ਵੀ ਮਾਰਿਆ, ਆਦੇ ਹਾਂ ਤੇਰੇ ਸਰਦਾਰ ਦਾ ਇੱਕ ਹੋਰ ਨਿੱਕਾ ਪੁੱਤਰ ਵੀ ਹੈ। ਗੱਲ ਸੁਣਨਾ, ਸਮਝ ਕੇ ਹਾਏ ਕਰਨਾ, ਮੁਖਦੀ ਮਜਲਿਸ, ਜਵਾਨੋ ਮੈਂਬਰ ਦੀ ਕਸਮ ਵੇਖਿਆ ਦੇ ਤੇਰੇ ਪੀਰ ਦਾ ਛੋਟਾ ਪੁੱਤਰ ਆਈ, ਜ਼ਿਹਨ 'ਚ ਮਿਆਰ ਕਾਇਮ ਕਰਕੇ ਆ ਦਈਏ 5 ਸਾਲਾਂ ਦਿਨ ਤੇ ਨਹੀਂ ਮਾਰੀ ਦਾ, ਹੌਲੇ ਜਿਹਾ ਦੇ 5 ਸਾਲਾਂ ਦਾ ਨਾਈ ਇਸ ਤੋਂ ਵੀ ਛੋਟਾ, ਇਸਦੀ ਦੌਜਾ ਦੀ ਉਹ ਲਲਾਨਤ ਕਰੀ 4 ਸਾਲਾਂ ਦਾ ਮਾਰਿਆ ਤੇ ਨਹੀਂ ਇਸ ਤੋਂ ਵੀ ਛੋਟਾ, ਮਾਤਮੀ ਆਏ ਨਾ ਕਰੇ ਤੂੰ ਕੌਣ ਆਏ ਕਰੇ ਵੇਖਿਆ ਦੀ 3 ਸਾਲਾਂ ਦਾ ਮਾਰਿਆ ਤੇ ਨਹੀਂ ਇਸ ਤੋਂ ਵੀ ਛੋਟਾ, ਬੰਦਾ ਹਲਕੇ 'ਚ ਨਾ ਖਲੋਵੇ ਜਿਹੜਾ ਜੁਮਲੇ ਤੇ ਵਹਿ ਨਾ ਕਰ ਸਕੇ, ਵੇਖਿਆ ਦੀ ਲਲਾਨਤ ਕਰੀ 1 ਸਾਲ ਦਾ ਮਾਰਿਆ ਆਦੇ ਨਹੀਂ ਇਸ ਤੋਂ ਵੀ ਛੋਟਾ, ਪਿਛਕਿਆ ਦੀ ਫਿਰ ਦੱਸ ਤੇ ਸਹੀ ਕਿਤਨਾ ਛੋਟਾ, ਕਾਤਲ ਆਈ ਵੇਖਿਆ ਦੇ ਸਾਜ ਪੁੱਛੇ ਮਾਂ ਨੂੰ ਮਾਂ ਵੀ ਨਹੀਂ ਛੱਡ ਸਕਦਾ, ਚੂੰਕਿ ਬਾਬੁਲ ਹਵਾ ਦਾ ਝੂਲਾ, ਅਗਰ ਕੋਈ ਬੇਔਲਾਦ ਹੈ 2 ਜਾਂ 3 ਮਿੰਟ ਦਾ ਵੈਣ ਸੁਣ ਲਓ, ਸ਼ਬੀਰ ਪੁੱਤਰ ਨੂੰ ਚਾਹੇ ਮੈਂ ਕਿਹਾ ਦਿਨ ਥੱਕ ਗਏ ਹੁਸੈਨ, ਤੁਸਾਂ ਥੱਕਣਾ ਨਹੀਂ, ਥੱਕ ਗਏ ਹੁਸੈਨ ਕੁਰਾਨ ਮੇਲਾ ਲਈ ਆਉਂਦੇ, ਸਹੀ ਅਦਾ ਦੇ ਕੁਰਾਨ ਨਹੀਂ ਕੁਰਾਨ ਦਾ ਆਖਰੀ ਵਰਕ ਵੇਖ ਕੇ ਸ਼ਬੀਰ ਅਸਰ ਮੰਗਦਾ ਪਾਣੀ, ਆਵਾਜ਼ਾਂ ਦੇ ਬਾਬਾ ਮੈਨੂੰ ਇਨਸਾਫ ਨਾਲ ਦੱਸਾ, ਮੈਂ ਉਹਨਾਂ ਤੋਂ ਪਾਣੀ ਕਿਵੇਂ ਮੰਗਾਂ ਜਿੰਨਾ ਮੇਰੇ ਅਕਬਰ ਨੂੰ ਪਰਛੀ ਮਾਰੀ,
ਸੈਯਦਾ ਤੇ ਮੇਰਾ ਪੁੱਤਰ ਮੰਗ ਪਾਣੀ ਮਾਸ਼ਰ ਜੇ ਨਾ ਆਖੇ ਨਾ ਅਸਗਰ ਮੰਗਦਾ ਤੇ ਦੇ ਦੇ ਅਸਗਰ ਨਵਾਲਿਆ ਬਾਬਾ ਫਿਰ ਇੰਜ ਨਹੀਂ ਮੇਰਾ ਗਰ ਮਰੇ ਤੇ ਸਮਾ ਬਾਬਾ ਇੰਜ ਪਾਣੀ ਮੰਗ ਜਿਵੇਂ ਦਾਦੀ ਜ਼ਹਰਾ ਹੱਕ ਮੰਗਿਆ ਬਾਬੇ ਬਾਬਾ ਬੇ ਵਾਲਾ ਤੇਰੀ ਨਸਲਾਂ ਆਬਾਦ ਕਰੇ ਸੁਣ ਲੱਗਦੇ ਨੇ ਇਹ ਦਾਦਾਰ ਆਏ ਕਰਦੇ ਇੱਥੇ ਜਨਾਬ ਜੀ ਅਸਗਰ ਪਾਣੀ ਮੰਗੇ 9 ਲੱਖ ਚ ਭਗਦੜ ਮਚ ਗਈ ਏ ਅਸਗਰ ਨਵਾਲਿਆ ਬਾਬਾ ਚਾਚੇ ਗਾਲੀ ਤੋਂ ਨਹੀਂ ਮੁਕੀ ਉਹ ਹੁਣ ਮੁੱਕ ਗਈ ਏ ਪਿਛਲੇ ਸਾਲ ਹਰਾਮ ਦਾਦਾ ਭੱਜ ਕੇ ਆਏ ਹੁਰ ਮਿਲੋ ਤੇ ਜਲਦੀ ਕਰ ਇਸ ਬੱਚੇ ਨੂੰ ਤੀਰ ਮਾਰ ਵੇਖਿਆ ਦੇ ਤੀਰ ਤਾਂ ਬੱਚੇ ਕੋਈ ਨਹੀਂ ਆਦੇ ਇੱਕ ਤੀਰ ਬੱਚੇ ਐ ਪਿਛਲੇ ਸਾਲ ਲਸਣ ਨਾ ਪਿਛਲੇ ਸਾਲ ਦੇ ਕਿਦੇ ਗਏ ਤੀਰ ਇਹ ਬੇਗੈਰਤਾ ਦੇ ਸਾਰੇ ਤੀਰ ਗਾਜ਼ੀ ਤੇ ਮੁੱਕ ਗਏ ਨਹੀਂ ਆਏ ਨਿਕਲੀ ਤੇ ਪੱਥਰ ਦਾ ਮਾਲਿਕ ਬੰਦਾ ਆਦੇ ਸਾਰੇ ਤੀਰ ਗਾਜ਼ੀ ਤੇ ਮੁੱਕ ਗਏ ਇੱਕ ਤੀਰ ਬੱਚੇ ਐ ਜਿਹੜਾ ਜੰਗਾਂ ਚ ਹੈਵਾਨਾਂ ਨੂੰ ਮਾਰਿਆ ਵੈਂਦਾ ਅੰਦਾਜ਼ਾ ਕਰੋ 6 ਮਹੀਨਿਆਂ ਦਾ ਮਾਸੂਮ ਗੱਲ ਆਈ ਤੀਰੇ ਡਬਲ ਨਹੀਂ ਆਈ ਆਗਾ ਨਸੀਮ ਅੱਬਾਸ ਪੜ੍ਹਦੇ ਰਹਿੰਦੇ ਆ ਕਮਾਨ ਦੀ ਲੋੜ ਨਾ ਆਈ ਫਕਤ ਗਰਦਨ ਤੇ ਤੀਰ ਰੱਖ ਛੁੜੇ ਦਾ ਰਬਾਬ ਦਾ ਪੁੱਤਰ ਮਰ ਜਾਵੇ ਆ ਇਹ ਦੋ ਤੀਰ ਕਮਾਨ ਵਿੱਚ ਪਾਇਆ ਉਦੋਂ ਆਖੇ ਮੇਰੇ ਦਰ ਦਿਆ ਗਿਆ ਦੀ ਅਸਗਰ ਹੋਸ਼ਿਆਰ ਹੋ ਮੇਰਾ ਲਾਲ ਤੇਰੇ ਹਿੱਸੇ ਦਾ ਤੀਰ ਤੇਰੇ ਬਾਬੇ ਨੂੰ ਨਾ ਲੱਗਿਆ ਅਸਗਰ ਦਾ ਆਵਾਜ਼ ਅੰਮਾ ਪੁੱਤਰ ਸ਼ਬੀਰ ਚਾ ਕੇ ਮਾਂ ਦੇ ਖੇਮੇ ਦੇ ਬਾਹਰ ਆਏ ਰੋ ਕੇ ਸੈਯਦਾ ਦੇ ਅਸਗਰ ਦੀ ਮਾਂ ਜਲਦੀ ਬਾਹਰ ਆ ਪੁੱਤਰ ਪਾਣੀ ਪੀ ਆਏ ਪੁੱਠਾ ਹੋਇਆ ਪੁੱਤਰ ਮੇਰੇ ਸੈਣ ਕਬਰ ਨਸੀਬ ਹੋਈ ਜਾਂ ਕੋਈ ਨਾ ਬੋਲੋ ਮਿੰਬਰ ਦੀ ਕਸਮ 11 ਮੁਹੱਰਮ 71 ਸਰਨੇ ਦੇ ਤੇ ਬੋਲਣ ਦੋ ਪਿਛਲੇ ਸਾਦਾ ਦਾ 72ਵਾਂ ਸਰ ਕੋਈ ਨਹੀਂ ਇੱਕ ਬੇਗੈਰ ਦਾਦੇ ਮੈਂ ਹੁਸੈਨ ਨੂੰ ਖੇਮੇ ਦੇ ਪਿੱਛੇ ਉੱਠਦਾ ਤੇ ਬਾਂਧਾ ਪਿੱਛੇ ਆਦੇ 40 ਘੋੜਾ ਸਵਾਰ ਘੋੜਿਆਂ ਤੇ ਚੜ ਜਾਓ ਨੇਰੇ ਜ਼ਮੀਨ ਚ ਨਹੀਂ ਮਾਂ ਦੇ ਜਿਗਰ ਤੇ ਲੱਥੇ ਆ ਮੰਦੀ ਆ ਲਿਆ ਕਰਾਮ ਲਾਦਾ ਦੇ ਭਜੋ ਮੇਰਾ ਲੈਲਾ ਭਾਰੀ ਹੈ ਅਸਗਰ ਦੀ ਲਾਸ਼ ਲੈ ਲੈ ਤੇ ਬੁਲੰਦ ਹੋਈਏ ਸਜਾ ਦੇ ਕਮਰ ਤੇ ਹੱਥ ਆਏ ਰੋ ਰੋ ਕੇ ਸੈਯਦਾ ਦੇ ਮੈਂ ਰਾਤ ਵੰਜ ਰੋਸਾ ਮਿਲ ਕੁਰਾਨ ਦੀ ਕਸਮ ਅਸਗਰ ਦੀ ਲਾਸ਼ ਹੁਸੈਨ ਦੇ ਸੀਨੇ ਤੇ ਸੱਜੀਏ